ਸਮੇਂ ਦੇ ਨਾਲ ਜਿਹੜੀਆਂ ਫੁਲਕਾਰੀਆਂ ਨੇ ਅਲੋਪ ਹੋ ਗਈਆਂ ਨੇ। ਅੱਜ ਮੁੜ ਤੋਂ ਜਿਹੜੀ ਇੱਕ ਫੁਲਕਾਰੀ ਆ ਸਰਜੀਤ ਕੋਮਲ ਨੇ ਤਿਆਰ ਕੀਤੀ ਆ। ਇਹ ਫੁਲਕਾਰੀ ਤਿਆਰ ਕਰਨ ਦਾ ਮਕਸਦ ਜਿਹੜਾ ਮੁੜ ਜਿਹੜਾ ਪੁਰਾਤਨ ਵਿਰਸੇ ਨੂੰ ਜਿਹੜਾ ਦਰਸਾਉਣਾ ਅਤੇ ਫਿਰ ਤੋਂ ਉਜਾਗਰ ਕਰਨਾ। ਇਹ ਜਿਹੜੀ ਇੱਕ ਫੁਲਕਾਰੀ ਤਿਆਰ ਕੀਤੀ ਆ ਇੱਕ ਰਿਕਾਰਡ ਆ। ਗੱਲਬਾਤ ਕਰਾਂਗੇ ਕਿ ਮੈਡਮ ਬਹੁਤ ਵੱਡੀ ਫੁਲਕਾਰੀ ਆ ਜਿਹੜੀ ਤਿਆਰ ਕੀਤੀ ਆ, ਕਿੰਨੀ ਲੰਬਾਈ ਆ ਇਹਦੀ, ਕਿੰਨੀ ਚੜ੍ਹਾਈ ਆ, ਕਿੰਨਾ ਵਜਨ ਆ, ਦਿਓ ਜਾਣਕਾਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਫੁਲਕਾਰੀ ਬਣਾਈ ਗਈ ਹੈ ਜੀ, ਇਸ ਦਾ ਜਿਹੜੀ ਲੰਬਾਈ ਹੈ ਉਹ ਹੈਗੀ ਹੈ ਜੀ 1180 ਸੈਂਟੀਮੀਟਰ ਲੰਬੀ ਹੈ ਜੀ, 143 ਸੈਂਟੀਮੀਟਰ ਇਹਦੀ ਚੌੜਾਈ ਹੈ, ਤੇ ਇਹਦਾ ਜਿਹੜਾ ਭਾਰ ਹੈਗਾ 4 ਕਿਲੋ 960 ਗ੍ਰਾਮ ਹੈ ਜੀ। ਮਨ ਚ ਕਿੱਦਾਂ ਆ ਬਈ ਜਿਹੜੀ ਮੁੜ ਤੋਂ ਜਿਹੜੀ ਫੁਲਕਾਰੀ ਬਣਾਈ ਜਾਵੇ, ਜਿਹੜੀਆਂ ਅੱਜ ਦੀਆਂ ਕੁੜੀਆਂ ਤਾਂ ਇਹ ਪੁਰਾਤਨ ਵਿਰਸੇ ਤੋਂ ਕੋਹਾਂ ਦੂਰ ਚਲੀਆਂ ਜਾ ਚੁੱਕੇ ਨੇ, ਤੁਸੀਂ ਫਿਰ 50 ਸਾਲ ਦੀ ਉਮਰ ਵਿੱਚ ਜਿਹੜੀ ਫੁਲਕਾਰੀ ਆ ਤਿਆਰ ਕੀਤੀ ਹੈ? ਹਾਂਜੀ, ਇਸ ਤਰ੍ਹਾਂ ਜੀ, ਮੈਂ ਸਿਲਾਈ ਤੇ ਕਢਾਈ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਜੀ, ਸਾਡੇ ਸਾਰੇ ਪਰਿਵਾਰ ਦੇ ਰਿਕਾਰਡ ਬਣੇ ਹੋਏ ਆ। ਮੇਰੇ ਹਸਬੈਂਡ ਨੇ ਸੁਜੈਸਟ ਕੀਤਾ ਕਿ ਤੁਸੀਂ ਆਪਣੀ ਕਲਾ ਦੇ ਵਿੱਚ ਹੀ ਰਹਿੰਦੇ ਹੋਏ ਕੋਈ ਨਾ ਕੋਈ ਰਿਕਾਰਡ ਬਣਾਓ। ਇਸ ਦਾ ਮਕਸਦ ਇੱਕ ਤਾਂ ਇਹ ਹੋ ਗਿਆ, ਦੂਸਰਾ ਮਕਸਦ ਸਾਡੇ ਪੰਜਾਬ ਦੇ ਵਿੱਚੋਂ ਜਿਹੜੀ ਇਹ ਕਲਾ ਅਲੋਪ ਹੋ ਰਹੀ ਆ ਉਹਨੂੰ ਫਿਰ ਤੋਂ ਪ੍ਰਫੁੱਲਿਤ ਕਰਨ ਦੇ ਲਈ ਅਸੀਂ ਇਹ ਰਿਕਾਰਡ ਤਿਆਰ ਕੀਤਾ। ਇਹ ਫੁਲਕਾਰੀ ਦੇ ਵਿੱਚ ਵੱਖਰਾ ਕੀ ਦਿਖਾਇਆ ਗਿਆ ਮੈਡਮ? ਇੱਕ ਮਹਾ ਪੰਜਾਬ ਜਿਹੜਾ ਚੜ੍ਹਦੇ ਲਹਿੰਦੇ ਪੰਜਾਬ ਦਾ ਨਕਸ਼ਾ ਵੀ ਤਿਆਰ ਕੀਤਾ, ਇਹ ਕਿੱਥੋਂ ਮਾਇੰਡ 'ਚ ਆਇਆ ਕਿ ਜਿਹੜਾ ਇਹਨੂੰ ਦਿਖਾਇਆ ਜਾਵੇ ਫੁਲਕਾਰੀ ਦੇ ਵਿੱਚ? ਦੇਖੋ ਜੀ, ਫੁਲਕਾਰੀ ਜਿਹੜੀ ਹੈ ਸਾਡੇ ਪੰਜਾਬ ਦਾ ਅਨਿੱਖੜਵਾਂ ਅੰਗ ਹੈ। ਪੰਜਾਬ ਨੂੰ ਸਮਰਪਿਤ ਕੀਤਾ ਗਿਆ ਇਹ ਫੁਲਕਾਰੀ ਨੂੰ, ਜਿਹੜਾ ਪੰਜਾਬੀਆਂ ਦੀ ਸ਼ਾਨ ਹੈ ਇਹ ਜੀ। ਇਸ ਕਰਕੇ ਇਸ ਦੇ ਵਿੱਚ ਲਹਿੰਦੇ ਦੇ ਚੜ੍ਹਦੇ ਪੰਜਾਬ ਦਾ ਅਸੀਂ ਨਕਸ਼ਾ ਬਣਾਇਆ, ਸਾਂਝਾ ਨਕਸ਼ਾ ਬਣਾਇਆ ਇਹਦੇ ਵਿੱਚ ਜੀ। ਉਹਦੇ ਵਿੱਚ ਸਾਰੇ ਅਸੀਂ ਜ਼ਿਲ੍ਹਿਆਂ ਦੇ ਨਾਂ ਦੱਸੇ ਹੋਏ ਆ। ਇਹਦੇ ਵਿੱਚ ਜਿਹੜੇ ਪਾਕਿਸਤਾਨ 'ਚ ਚਲੇ ਗਏ ਉਹ ਵੀ, ਜਿਹੜੇ ਹੁਣ ਇਸ ਟਾਈਮ ਆਪਣੇ ਪੰਜਾਬ 'ਚ ਆ ਉਹਨਾਂ ਦੇ ਜ਼ਿਲ੍ਹੇ ਵੀ, ਤੇ ਜਿਹੜੇ ਹਰਿਆਣੇ 'ਚ ਚਲੇ ਗਏ ਉਹਨਾਂ ਦੇ ਜ਼ਿਲ੍ਹਿਆਂ ਦੇ ਵੀ ਨਾਂ ਲਿਖੇ ਹੋਏ ਆ। ਉਹ ਕੀ ਆ ਜੀ ਫੁਲਕਾਰੀ ਦੇ ਵਿੱਚ? ਇਸ ਦੇ ਵਿੱਚ ਅਸੀਂ ਸਾਡੀ ਪੰਜਾਬੀ ਮਾਂ ਬੋਲੀ ਦੇ ਜਿਹੜੇ ਅੱਖਰ ਨੇ, 35 ਅੱਖਰ ਊੜਾ ਆੜਾ, ਅਸੀਂ ਉਹ ਲਿਖਿਆ ਹੋਇਆ ਜੀ ਇਹਦੇ 'ਚ। ਪੰਜਾਬੀ ਆਕ੍ਰਿਤੀਆਂ ਜਿਵੇਂ ਭੰਗੜਾ ਪਾਉਂਦਾ ਹੋਇਆ ਗੱਭਰੂ ਹੈ ਜੀ, ਢੋਲ ਹੈ, ਦੂਸਰੀ ਸਾਈਡ ਤੇ ਕਿੱਕਲੀ ਪਾਉਂਦੀਆਂ ਹੋਈਆਂ ਮੁਟਿਆਰਾਂ ਨੇ, ਨੀਚੇ ਉਹਦੇ ਗੱਡਾ ਜੀ, ਪੰਜਾਬ ਦੀ ਸ਼ਾਨ ਜਿਹੜੀ ਗੱਡਾ ਹੈ, ਇਹ ਦਿਖਾਇਆ ਗਿਆ ਜੀ। ਨੂੰ ਤਿਆਰ ਕਰਨ ਦੇ ਲਈ ਜੀ ਘੱਟੋ ਘੱਟ 5 ਤੋਂ 7 ਸਾਲ ਲੱਗੇ ਆ ਜੀ ਮੈਨੂੰ। ਦੇਖੋ ਇਹ ਅੱਜ ਇੱਕ ਨਹੀਂ, ਇਹ 2 ਰਿਕਾਰਡ ਬਣਨ ਜਾ ਰਹੇ ਆ ਜੀ। ਇੱਕ ਤਾਂ ਰਿਕਾਰਡ ਇਹ ਹੋ ਗਿਆ ਜੀ, ਇਹ ਦੁਨੀਆ ਦੀ ਸਭ ਤੋਂ ਵੱਡੀ ਫੁਲਕਾਰੀ ਦਾ ਬਣਾਇਆ ਗਿਆ ਰਿਕਾਰਡ। ਦੂਸਰਾ ਜਿਹੜਾ ਰਿਕਾਰਡ ਬਣਨ ਜਾ ਰਿਹਾ ਜੀ, ਇੱਕ ਪਰਿਵਾਰ ਦੇ 4 ਜੀ ਇਹਦੇ ਚਾਰੋਂ ਦੇ ਚਾਰੋਂ ਰਿਕਾਰਡ ਹੋਲਡਰ ਹੋ ਜਾਣਗੇ, ਇਹ ਵੀ ਇੱਕ ਰਿਕਾਰਡ ਹੈ। ਮੈਂ ਬਹੁਤ ਖੁਸ਼ ਹਾਂ ਇਸ ਗੱਲ ਦੇ ਵਿੱਚ। ਰਿਕਾਰਡ ਬਣਾਉਣੇ ਜਿਹੜੇ ਹੈਗੇ ਆ ਉਹ ਸਾਡੇ ਪਰਿਵਾਰ ਦਾ ਸ਼ੌਂਕ ਹੈ, ਅਸੀਂ ਸਾਰਾ ਹੀ ਪਰਿਵਾਰ ਹੈ। ਜਦੋਂ ਜਿਵੇਂ ਮੈਂ ਇਹਦੇ ਵਿੱਚ ਇਨਵੋਲਵ ਹੋ ਕੇ ਇਹਦੇ ਵਿੱਚ ਗਾਂ ਕੰਮ ਕਰਦਾ ਗਿਆ ਤਾਂ ਸਾਡਾ ਸਭ ਤੋਂ ਪਹਿਲਾਂ ਜਿਹੜਾ 2005 ਦੇ ਵਿੱਚ ਰਿਕਾਰਡ ਬਣਿਆ ਸੀਗਾ, ਤਾਂ ਕਰਦੇ ਕਰਦੇ ਅਸੀਂ ਜਿਹੜਾ ਹੈਗਾ DC ਸਾਹਿਬ ਦੀ ਆਫਿਸ ਦੇ ਵਿੱਚ ਸੀਗਾ, ਤਾਂ ਉਸ ਤੋਂ ਬਾਅਦ ਬੱਚਿਆਂ ਨੇ ਬਣਾਇਆ, ਫਿਰ ਕਰਦੇ ਕਰਦੇ ਮੇਰੇ ਨਾਲ ਮੇਰੀ ਧਰਮ ਪਤਨੀ ਬਹੁਤ ਵਾਰ ਕਹਿਣਾ ਕਿ ਮੈਂ ਕੀ ਕਰ ਸਕਦੀ ਹਾਂ, ਮੇਰੇ ਕੋਲ ਕੀ ਆ, ਮੈਂ ਇਹੋ ਜਿਹਾ ਕੀ ਕਰਾਂ ਜਿਹਦੇ ਵਿੱਚ ਰਿਕਾਰਡ ਬਣੇ। ਤਾਂ ਮੈਂ ਉਹਨੂੰ ਕਿਹਾ ਵੀ ਕਿ ਤੇਰੇ ਕੋਲ ਇਹਦੀ ਮਾਸਟਰ ਡਿਗਰੀ ਹੈ ਇਹਨਾਂ ਦੀ ਕਟਿੰਗ ਐਂਡ ਟੇਲਰਿੰਗ ਦੀ, ਤਾਂ ਉਹਦੇ ਵਿੱਚ ਮੈਂ ਇਹਨੂੰ ਕਿਹਾ ਵੀ ਇਸੇ ਦੇ ਵਿੱਚ ਹੀ ਕੰਮ ਕਰੋ। ਬਿਲਕੁਲ, ਜਿਹੜਾ ਗੁਰਪ੍ਰੀਤ ਕੋਮਲ ਜੀ ਅਤੇ ਉਹਨਾਂ ਦਾ ਪਰਿਵਾਰ ਵੀ ਇੱਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰ ਰਿਹਾ, ਨੌਜਵਾਨਾਂ ਨੂੰ ਅਪੀਲ ਕਰ ਰਿਹਾ ਕਿ ਹਰੇਕ ਵਿਅਕਤੀ ਦੇ ਵਿੱਚ ਹੁਨਰ ਆ, ਉਹਨੂੰ ਆਪਣਾ ਹੁਨਰ ਪਛਾਣਨਾ ਚਾਹੀਦਾ। ਕੈਮਰਾਮੈਨ ਹਰਪਾਲ ਦੇ ਨਾਲ ਸਰਜੀਤ ਸਿੰਘ ਰੌਲੀ, PTC ਨਿਊਜ਼, ਮੋਗਾ।